ਮੈਂ ਰਿਣੀ ਹਾਂ ਤੁਹਾਡਾ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ। ਔਰ ਅੱਜ ਬਹੁਤ ਵੱਡੀ ਸਾਡੀ ਜਿੱਤ ਹੋਈ ਆ। ਜੋ ਬਾਬਾ ਗੁਰਪ੍ਰੀਤ ਜੋ ਮਸੀਹ ਭਾਈਚਾਰੇ ਨੂੰ ਕੂੜਾ ਦੱਸਦਾ ਸੀ, ਗੰਦ ਦੱਸਦਾ ਸੀ, ਅੱਜ ਪਰਮੇਸ਼ਵਰ ਦੀ ਦਇਆ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਉੱਥੇ ਪਰਚਾ ਦਰਜ ਹੋ ਚੁੱਕਾ। ਅਸੀਂ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਆਏ ਹਾਂ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵਾ ਵੀ ਅਸੀਂ ਜਿਹੜਾ ਇਸ ਬੰਦੇ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁੱਟਾਂਗੇ। ਔਰ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਵਾ ਵੀ ਜਤਿੰਦਰ ਮਸੀਹ ਗੌਰਵ ਹਮੇਸ਼ਾ ਮਸੀਹ ਭਾਈਚਾਰੇ ਦੀ ਸੇਵਾ ਦੇ ਲਈ ਦਿਨ ਰਾਤ ਖੜਾ ਵਾ ਔਰ ਮੇਰੇ ਖੂਨ ਦਾ ਇੱਕ ਇੱਕ ਕਤਰਾ ਮਸੀਹ ਭਾਈਚਾਰੇ ਦੀ ਸੇਵਾ ਲਈ ਹਾਜ਼ਰ ਆ। ਮੈਂ ਆਪਣੇ ਸਾਰੇ ਭੈਣ ਭਰਾਵਾਂ ਦੀ ਸੇਵਾ 'ਚ ਹਾਜ਼ਰ ਹਾਂ। ਮੈਂ ਧੰਨਵਾਦ ਕਰਦਾ ਸਾਰੇ ਭੈਣ ਭਰਾਵਾਂ ਦਾ ਔਰ ਹਮੇਸ਼ਾ ਮੈਂ ਤੁਹਾਡੀ ਸੇਵਾ ਦੇ ਵਿੱਚ ਲੱਗਾ ਰਹਾਂਗਾ। ਪ੍ਰਧਾਨ ਸਾਹਿਬ ਨੂੰ ਜਿੱਦਾਂ ਉਹਨਾਂ ਨੇ ਪਿਆਰ ਵਿਖਾਇਆ ਵਾ, ਇਹ ਪਿਆਰ ਜਿਹੜਾ ਵਾ ਸਾਨੂੰ ਤੁਹਾਡਾ ਬਹੁਤ ਵੱਡਾ ਬਲ ਮਿਲਿਆ ਔਰ ਇਹ ਬਲ ਮਿਲਣ ਦੇ ਨਾਲ ਇੰਨੀ ਹਿੰਮਤ ਵਧੀ ਆ ਸਾਡੀ ਕਿ ਸਾਡਾ ਜੀ ਕਰਦਾ ਆ ਕਿ ਅਸੀਂ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੀ ਜਿਹੜੀ ਗਤੀਵਿਧੀਆਂ ਵਾ ਉਹਦੀ ਸਪੀਡ ਜਿਹੜੀ ਆ ਉਹ ਦੁੱਗਣੀ ਕਰ ਦਈਏ ਔਰ ਆਪਣੇ ਮਸੀਹ ਭਾਈਚਾਰੇ ਦੇ ਆਪਣੇ ਜਿਹੜੇ ਧਰਮ ਨਾਲ ਸੰਬੰਧਿਤ ਮਸਲਿਆਂ ਦੇ ਮੁੱਦਿਆਂ ਜਿਹੜੇ ਆ ਉਹਨੂੰ ਅਸੀਂ ਵਧੀਆ ਢੰਗ ਦੇ ਨਾਲ ਜਿਹੜਾ ਹੋਰ ਜ਼ੋਰਦਾਰ ਤਰੀਕੇ ਨਾਲ ਉਠਾਈਏ। ਹਾਂਜੀ ਜੈਮ ਸੀ ਜੀ, ਸਾਰਿਆਂ ਨੂੰ ਆਜੋ ਆਜੋ ਸਾਰੇ ਜਿਹੜੇ ਤੁਹਾਨੂੰ ਖੁਸ਼ਖਬਰੀ ਦਿੰਦੇ ਹਾਂ। ਅੱਜ ਜਿਹੜੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਮਸੀਹ ਲੋਕ ਨੇ, ਮਸੀਹ ਭਰਾ ਨੇ, ਕਿਰਪਾ ਕਰਕੇ ਆਜੋ ਲਾਈਵ ਦੇ ਵਿੱਚ। ਚੰਡੀਗੜ੍ਹ ਤੋਂ ਆ ਰਹੇ ਹਾਂ ਔਰ ਕੁਛ ਮਸੀਹ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹ ਹੱਲ ਕਰਕੇ ਆ ਰਹੇ ਹਾਂ ਅਸੀਂ। ਸਭ ਨੂੰ ਜੈ ਮਸੀਹ ਦੀ। ਪੰਜਾਬ 'ਚ ਵੱਸਦੇ ਸਮੁੱਚੇ ਮਸੀਹ ਭਾਈਚਾਰੇ ਨੂੰ ਸਾਡੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ। ਔਰ ਅੱਜ ਅਸੀਂ ਸਾਡੀ ਟੀਮ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੀ ਚੰਡੀਗੜ੍ਹ ਆਏ ਹੋਏ ਹਾਂ ਔਰ ਚੰਡੀਗੜ੍ਹ ਦੇ ਵੱਖ ਵੱਖ ਅਫਸਰਾਂ ਨੂੰ ਮਿਲੇ ਹਾਂ, ਉੱਚ ਅਧਿਕਾਰੀਆਂ ਨੂੰ ਮਿਲੇ ਹਾਂ, ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਆਣ ਰਹੇ ਹਾਂ। ਸੋ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਸੀ, ਇਸ ਲਈ ਅਚਾਨਕ ਲਾਈਵ ਹੋਣਾ ਪੈ ਗਿਆ ਵਾ। ਸੋ ਸਭ ਤੋਂ ਪਹਿਲਾਂ ਤਾਂ ਦਿਲ ਦੀਆਂ ਗੱਲਾਂ ਤੋਂ ਧੰਨਵਾਦ ਕਰਦੇ ਹਾਂ ਤੁਹਾਡੇ ਸਪੋਰਟ ਲਈ, ਪਿਆਰ ਵਾਸਤੇ, ਜਿੰਨੇ ਵੀ ਸਾਡੇ ਮਸੀਹ ਭਰਾ ਸੀਗੇ ਉਹਨਾਂ ਦੇ ਪਿਆਰ ਮੁਹੱਬਤ ਦੇ ਲਈ ਜਿਨ੍ਹਾਂ ਨੇ ਸਾਨੂੰ ਬੜੀ ਸਪੋਰਟ ਕੀਤੀ ਆ। ਕੱਲ੍ਹ ਇੱਕ ਵਿਸ਼ਾ ਜਿਹੜਾ ਅਸੀਂ ਛੇੜਿਆ ਸੀ ਕਿ ਸਾਡੇ ਪ੍ਰਧਾਨ ਸਾਹਿਬ ਜਤਿੰਦਰ ਗੌਰਵ ਜੀ ਜਿਹੜੇ ਸੀ ਉਹਨਾਂ ਦੇ ਖਿਲਾਫ਼ ਇੱਕ ID 'ਤੇ ਕੁਛ ਸ਼ਰਾਰਤੀ ਬੰਦੇ ਜਿਹੜੇ ਉਹ ਬੜੀਆਂ ਉਲਝੂਲ ਗੱਲਾਂ ਲਿਖ ਰਹੇ ਸੀਗੇ। ਤਾਂ ਉਸ ਸੰਬੰਧੀ ਜਿਹੜਾ ਕੱਲ੍ਹ ਮੈਂ ਲਾਈਵ ਹੋਇਆ ਸੀ ਉਹ ਤੋਂ ਬਾਅਦ 2 ਦਿਨ ਵਿੱਚ ਇੰਨਾ ਜ਼ਿਆਦਾ ਪਿਆਰ ਮਿਲਣਾ ਪੰਜਾਬ 'ਚ ਵੱਸਦੇ ਮਸੀਹ ਭਾਈਚਾਰੇ ਦਾ, ਅਸੀਂ ਇਹ ਆਸ ਨਹੀਂ ਸੀ ਕਰਦੇ। ਲੇਕਿਨ ਇਹ ਅੱਜ ਸਾਨੂੰ ਪੰਜਾਬ ਦੇ ਲੋਕਾਂ ਨੇ ਅਹਿਸਾਸ ਕਰਵਾਤਾ ਕਿ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਜਤਿੰਦਰ ਮਸੀਹ ਗੌਰਵ ਨੂੰ ਲੋਕ ਦਿਲੋਂ ਪਿਆਰ ਕਰਦੇ ਹਨ। ਸੋ ਅੱਜ ਮੇਰੇ ਨਾਲ ਸਾਡੇ ਪ੍ਰਧਾਨ ਸਾਹਿਬ ਜਤਿੰਦਰ ਗੌਰਵ ਜੀ ਵੀ ਅਸੀਂ ਇਕੱਠੇ ਹਾਂ ਔਰ ਨਾਲ ਸਾਡੇ ਲੁਧਿਆਣੇ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਰਾਜ ਮਸੀਹ ਜੀ ਔਰ ਨਾਲ ਸਾਡੇ ਭਰਾ ਮੱਸਲ ਤੋਂ ਰਾਜੇ ਭਾਅ ਜੀ ਔਰ ਸਾਡੇ ਪ੍ਰਧਾਨ ਸਾਹਿਬ ਜਤਿੰਦਰ ਮਸੀਹ ਗੌਰਵ ਜੀ, ਧੰਨਵਾਦ। ਹਾਲੇਲੂਇਆ ਹਾਲੇਲੂਇਆ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਮੈਂ ਧੰਨਵਾਦ ਕਰਦਾ ਸਮੁੱਚੇ ਆਪਣੇ ਮਸੀਹ ਭਾਈਚਾਰੇ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ, ਇੰਨਾ ਪਿਆਰ ਦਿਖਾਇਆ ਔਰ ਮੈਂ ਰਿਣੀ ਹਾਂ ਹਮੇਸ਼ਾ ਤੁਹਾਡੇ ਲਈ, ਮੈਂ ਰਿਣੀ ਹਾਂ ਤੁਹਾਡਾ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ। ਔਰ ਅੱਜ ਬਹੁਤ ਵੱਡੀ ਸਾਡੀ ਜਿੱਤ ਹੋਈ ਆ। ਜੋ ਬਾਬਾ ਗੁਰਪ੍ਰੀਤ ਜੋ ਮਸੀਹ ਭਾਈਚਾਰੇ ਨੂੰ ਕੂੜਾ ਦੱਸਦਾ ਸੀ, ਗੰਦ ਦੱਸਦਾ ਸੀ, ਅੱਜ ਪਰਮੇਸ਼ਵਰ ਦੀ ਦਇਆ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਉੱਥੇ ਪਰਚਾ ਦਰਜ ਹੋ ਚੁੱਕਾ। ਅਸੀਂ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਆਏ ਹਾਂ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵਾ ਵੀ ਅਸੀਂ ਜਿਹੜਾ ਇਸ ਬੰਦੇ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁੱਟਾਂਗੇ ਔਰ ਅੱਗੇ ਤੋਂ ਵੀ ਅਸੀਂ ਇਸ ਤੱਤ ਤਿਆਰ ਹਾਂ ਵੀ ਜਿਹੜੇ ਮਸੀਹ ਲੋਕਾਂ ਦੇ ਖਿਲਾਫ ਲੋਕ ਇਹ ਬੋਲਦੇ ਨੇ, ਟਿੱਪਣੀਆਂ ਕਰਦੇ ਨੇ, ਰੱਬ ਦੇ ਦਸਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ, ਜਿਹੜਾ ਆਪਸੀ ਭਾਈਚਾਰਕ ਸਾਂਝ ਜਿਹੜੀ ਸਾਡੀ ਸਾਰੀਆਂ ਕਮਿਊਨਿਟੀਆਂ ਦੇ ਨਾਲ ਹੈਗੀ ਆ ਉਹਨਾਂ ਨੂੰ ਖਰਾਬ ਕਰਨ ਦੇ ਕੋਸ਼ਿਸ਼ 'ਚ ਲੱਗੇ ਪਏ ਨੇ, ਅਸੀਂ ਤੱਤ ਤਿਆਰ ਹਾਂ। ਇਹਨਾਂ ਦੀ ਜਿਹੜੀ ਮੰਸ਼ਾ ਹੈਗੀ
ਅਸੀਂ ਕਦੀ ਵੀ ਪੂਰੀ ਨਹੀਂ ਹੁਣ ਦੇਵਾਂਗੇ। ਔਰ ਮੈਂ ਧੰਨਵਾਦ ਕਰਦਾ ਜਿੰਨੀ ਤੁਸੀਂ ਮੈਨੂੰ ਸਪੋਰਟ ਕੀਤੀ, ਜਿੰਨਾ ਮੇਰੇ ਲਈ ਤੁਸੀਂ ਲਿਖਿਆ, ਜਿੰਨਾ ਮੇਰੇ ਲਈ ਬੋਲਿਆ। ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਵਿਰੋਧੀ ਸੀ ਬੰਦਾ, ਜਿਹੜਾ ਫੇਕ ਆਈ ਡੀ ਬਣਾ ਕੇ ਮੇਰੇ ਖਿਲਾਫ਼ ਔਰ ਮੇਰੇ ਪਰਿਵਾਰ ਦੇ ਖਿਲਾਫ਼ ਲਿਖ ਰਿਹਾ ਸੀ, ਔਰ ਪੂਰੇ ਮਸੀਹ ਭਾਈਚਾਰੇ ਨੂੰ ਇਸ ਗੱਲ ਦਾ ਦੁੱਖ ਲੱਗਾ, ਅੱਜ ਉਹ ਬੰਦਾ ਜਿਹੜਾ ਵਾ ਆਈ ਡੀ ਆਪਣੀ ਡਿਲੀਟ ਕਰ ਚੁੱਕਾ ਵਾ। ਇਹ ਸਭ ਪਰਮੇਸ਼ਵਰ ਦੀ ਦਇਆ ਦੇ ਨਾਲ ਔਰ ਤੁਹਾਡੇ ਸਹਿਯੋਗ ਦੇ ਨਾਲ ਹੋਇਆ ਵਾ। ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਵੀ ਜਤਿੰਦਰ ਮਸੀਹ ਗੌਰਵ ਹਮੇਸ਼ਾ ਮਸੀਹ ਭਾਈਚਾਰੇ ਦੀ ਸੇਵਾ ਦੇ ਲਈ ਦਿਨ ਰਾਤ ਖੜਾ ਵਾ, ਔਰ ਮੇਰੇ ਖੂਨ ਦਾ ਇੱਕ ਇੱਕ ਕਤਰਾ ਮਸੀਹ ਭਾਈਚਾਰੇ ਦੀ ਸੇਵਾ ਲਈ ਹਾਜ਼ਰ ਆ। ਮੈਂ ਆਪਣੇ ਸਾਰੇ ਭੈਣ ਭਰਾਵਾਂ ਦੀ ਸੇਵਾ 'ਚ ਹਾਜ਼ਰ ਹਾਂ। ਮੈਂ ਧੰਨਵਾਦ ਕਰਦਾ ਸਾਰੇ ਭੈਣ ਭਰਾਵਾਂ ਦਾ, ਔਰ ਹਮੇਸ਼ਾ ਮੈਂ ਤੁਹਾਡੀ ਸੇਵਾ ਦੇ ਵਿੱਚ ਲੱਗਾ ਰਹਾਂਗਾ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ। ਸੋ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਸਾਡਾ ਬੜਾ ਵੱਡਾ ਸਮਰਥਨ ਕੀਤਾ ਸੀ। ਕੱਲ੍ਹ ਤੋਂ ਲੈ ਕੇ ਅੱਜ ਲਗਭਗ ਕੋਈ 18-19 ਘੰਟਿਆਂ ਦੇ ਵਿੱਚ ਤੁਸੀਂ ਤੁਹਾਡੇ ਪਿਆਰ ਨੇ, ਪੰਜਾਬ ਵਸਦੇ ਮਸੀਹ ਭਾਈਚਾਰੇ ਦੇ ਪਿਆਰ ਨੇ, ਉਸ ਜਿਹੜਾ ਇਨਸਾਨ ਸੀ ਜਿਹੜਾ ਇੱਕ ਬੜਾ ਵੱਡਾ ਚਾਲਬਾਜ਼ ਸਾਜਿਸ਼ ਕਰਤਾ ਟੋਲੀ ਦਾ ਬੰਦਾ ਸੀ, ਉਹਨੂੰ ਮਜਬੂਰ ਕਰ ਦਿੱਤਾ ਕਿ ਉਹਨੂੰ ਆਈ ਡੀ ਜਿਹੜੀ ਆ ਉਹ ਡਿਲੀਟ ਕਰਨੀ ਪੈ ਗਈ ਆ, ਔਰ ਉਹ ਡਿਲੀਟ ਕਰਕੇ ਜਿੱਥੇ ਮਰਜ਼ੀ ਲੁਕ ਜਾਏ। ਉਹਨੂੰ ਕੱਲ੍ਹ ਮੈਂ ਚੇਤਾਵਨੀ ਦਿੱਤੀ ਸੀ ਕਿ ਅਸੀਂ ਤੈਨੂੰ ਲੱਭਣਾ ਆ ਮਿੱਤਰਾ, ਆਈ ਡੀ ਡਿਲੀਟ ਕਰ ਲਾ, ਲੁਕ ਜਾ, ਛੁੱਪ ਜਾ, ਜਿੱਥੇ ਮਰਜ਼ੀ ਦੌੜ ਜਾ, ਬਾਹਰਲੇ ਦੇਸ਼ 'ਚ ਭੱਜਾ, ਤੈਨੂੰ ਲੱਭਣਾ ਜ਼ਰੂਰ ਆ ਅਸੀਂ। ਔਰ ਤੇਰੇ ਮਗਰ ਅਸੀਂ ਲੱਗ ਗਏ, ਅੱਜ ਚੰਡੀਗੜ੍ਹ ਅਸੀਂ ਆਏ ਸੀ ਅਤੇ ਪੰਜਾਬ ਦੇ ਡੀ ਜੀ ਪੀ ਸਾਹਿਬ ਔਰ ਵੱਖ ਵੱਖ ਜਿਹੜੇ ਉੱਚ ਅਧਿਕਾਰੀ ਸੀ ਪੰਜਾਬ ਪੁਲਿਸ ਦੇ, ਉਹਨਾਂ ਨੂੰ ਵੀ ਮਿਲ ਕੇ ਆਏ ਹਾਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਮਸੀਹ ਧਰਮ ਦੇ ਖਿਲਾਫ਼, ਮਸੀਹ ਭਾਈਚਾਰੇ ਦੇ ਖਿਲਾਫ਼ ਚੱਲ ਰਹੀਆਂ ਸੀ। ਸੋ ਅਸੀਂ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਆਪਣਾ ਫਰਜ਼ ਸਮਝਦੇ ਹਾਂ, ਅਸੀਂ ਟਾਈਮ ਟੂ ਟਾਈਮ ਮਹੀਨੇ ਦੇ ਵਿੱਚ ਇੱਕ ਜਾਂ ਦੋ ਵਾਰੀ ਚੰਡੀਗੜ੍ਹ ਜ਼ਰੂਰ ਆਣ ਕੇ ਉੱਚ ਅਧਿਕਾਰੀਆਂ ਦੇ ਨਾਲ ਆਪਣੇ ਭਾਈਚਾਰੇ ਦੇ ਮਸਲੇ ਉਹ ਡਿਸਕਸ ਕਰਦੇ ਹਾਂ, ਔਰ ਜਿੰਨੇ ਵੀ ਸਾਡੇ ਮਸਲੇ ਹੁੰਦੇ ਆ ਅਸੀਂ ਉਹਨਾਂ 'ਤੇ ਉਹਨਾਂ ਦੇ ਨਾਲ ਗਹਿਰਾਈ ਦੇ ਨਾਲ ਵਿਚਾਰ ਚਰਚਾ ਕਰਕੇ ਆਪਣੇ ਮਸਲਿਆਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰੀਦੀ ਆ। ਸੋ ਕੱਲ੍ਹ ਜਿਹੜੀ ਆ ਇੱਕ ਬਹੁਤ ਜ਼ਰੂਰੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਜਲੰਧਰ ਦੇ ਵਿੱਚ ਹੋਣ ਜਾ ਰਹੀ ਹੈ, ਜਿਹਦੀ ਅਗਵਾਈ ਜਿਹੜੀ ਆ ਸਾਡੇ ਪ੍ਰਧਾਨ ਸਾਹਿਬ ਜਤਿੰਦਰ ਮਸੀਹ ਗੌਰਵ ਕਰਨਗੇ, ਔਰ ਨਾਲ ਦੀ ਨਾਲ ਤੁਹਾਨੂੰ ਕੱਲ੍ਹ ਇੱਕ ਬੜੀ ਵੱਡੀ ਜਿਹੜੀ ਆ ਏਕਤਾ ਜਿਹੜੀ ਉਹ ਨਜ਼ਰ ਆਏਗੀ ਮਸੀਹ ਭਾਈਚਾਰੇ ਦੇ ਵਿੱਚ। ਔਰ ਸਾਡੀ ਕੋਸ਼ਿਸ਼ ਆ ਪੰਜਾਬ ਦੇ ਵਿੱਚ ਆਪਣੇ ਮਸੀਹ ਭਾਈਚਾਰੇ ਦੀ ਆਵਾਜ਼ ਬਣਨ ਦੀ, ਔਰ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਜਿਹੜੀ ਆ ਉਹਦੇ 'ਚ ਬੜੀ ਵੱਡੀ ਕਾਮਯਾਬੀ ਹਾਸਲ ਕਰ ਗਈ, ਕਿਉਂਕਿ ਮੈਂ ਅੱਜ ਹੈਰਾਨ ਹਾਂ ਫੇਸਬੁੱਕ 'ਤੇ ਸਭ ਪੇਜਾਂ ਦੇ ਉੱਤੇ ਔਰ ਇੰਸਟਾਗ੍ਰਾਮ 'ਤੇ ਹਰ ਜਗ੍ਹਾ 'ਤੇ ਗੌਰਵ ਮਸੀਹ ਜੀ ਦੀ ਫੋਟੋ ਲਾ ਕੇ ਜਿਸ ਤਰ੍ਹਾਂ ਸਾਡੇ ਮਸੀਹ ਭਾਈਚਾਰੇ ਨੇ ਪੰਜਾਬ ਦੇ ਵਿੱਚ ਸਾਨੂੰ ਸਪੋਰਟ ਕੀਤਾ, ਪ੍ਰਧਾਨ ਸਾਹਿਬ ਨੂੰ ਜਿੱਦਾਂ ਉਹਨਾਂ ਨੇ ਪਿਆਰ ਵਿਖਾਇਆ ਵਾ, ਇਹ ਪਿਆਰ ਜਿਹੜਾ ਵਾ ਸਾਨੂੰ ਤੁਹਾਡਾ ਬਹੁਤ ਵੱਡਾ ਬਲ ਮਿਲਿਆ, ਔਰ ਇਹ ਬਲ ਮਿਲਣ ਦੇ ਨਾਲ ਇੰਨੀ ਹਿੰਮਤ ਵਧੀ ਆ ਸਾਡੀ ਕਿ ਸਾਡਾ ਜੀ ਕਰਦਾ ਆ ਕਿ ਅਸੀਂ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੀ ਜਿਹੜੀ ਗਤੀਵਿਧੀਆਂ ਵਾ ਉਹਦੀ ਸਪੀਡ ਜਿਹੜੀ ਆ ਉਹ ਦੁੱਗਣੀ ਕਰ ਦਈਏ, ਔਰ ਆਪਣੇ ਮਸੀਹ ਭਾਈਚਾਰੇ ਦੇ ਆਪਣੇ ਜਿਹੜੇ ਧਰਮ ਨਾਲ ਸੰਬੰਧਿਤ ਮਸਲਿਆਂ ਦੇ ਮੁੱਦਿਆਂ ਜਿਹੜੇ ਆ ਉਹਨੂੰ ਅਸੀਂ ਵਧੀਆ ਢੰਗ ਦੇ ਨਾਲ ਜਿਹੜਾ ਹੋਰ ਜ਼ੋਰਦਾਰ ਤਰੀਕੇ ਨਾਲ ਉਠਾਈਏ, ਔਰ ਜਿਹੜੀਆਂ ਤਾਕਤਾਂ ਸਾਡੇ ਧਰਮ ਦੇ ਖਿਲਾਫ਼ ਨੇ, ਜਿਹੜੀਆਂ ਤਾਕਤਾਂ ਸਾਡੇ ਆਗੂਆਂ ਦੇ ਖਿਲਾਫ਼ ਨੇ, ਅਸੀਂ ਉਹਨਾਂ ਨੂੰ ਦਬਾ ਸਕੀਏ। ਸੋ ਮੇਰੇ ਨਾਲ ਸਾਡੇ ਜਿਹੜੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਾਜ ਜੀ ਨੇ ਉਹ ਵੀ ਦੋ ਸ਼ਬਦ ਅੜਨਾ ਜ਼ਰੂਰ ਸਾਂਝੇ ਕਰਨਗੇ, ਕਿਉਂਕਿ ਅਸੀਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ, ਕਿਉਂਕਿ ਇੱਕ ਜਿਹੜਾ ਬਾਬਾ ਪਿੱਛੇ ਆਇਆ ਜਿਸ ਤਰ੍ਹਾਂ ਪ੍ਰਧਾਨ ਜਤਿੰਦਰ ਗੌਰਵ ਜੀ ਨੇ ਤੁਹਾਨੂੰ ਦੱਸਿਆ ਉਹਦੇ 'ਤੇ ਪਰਚਾ ਦਰਜ ਹੋ ਗਿਆ ਵਾ, ਅਤੇ ਉਸ ਸੰਬੰਧੀ ਵੀ ਇੱਕ ਬੜੀ ਵੱਡੀ ਮੀਟਿੰਗ ਸੀ ਸਾਡੀ, ਉਹ ਵੀ ਅਸੀਂ ਕਰਕੇ ਆਏ ਹਾਂ। ਸੋ ਕੱਲ੍ਹ ਤੁਹਾਨੂੰ ਵਿਸਾਰਪੂਰਵਕ ਜਿਹੜੀ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਦੀ ਜਾਣਕਾਰੀ ਅਸੀਂ ਦੇਵਾਂਗੇ। ਸੋ ਰਾਜ ਜੀ ਤੁਹਾਡੇ ਨਾਲ ਜਿਹੜਾ ਉਹ ਇੱਕ ਵਾਰੀ ਫਿਰ ਬੋਲਣਗੇ, ਉਹ ਤੋਂ ਬਾਅਦ ਪ੍ਰਧਾਨ ਸਾਹਿਬ ਇੱਕ ਵਾਰੀ ਫਿਰ ਆਉਣਗੇ ਜ਼ਰੂਰ ਲਾਈਵ 'ਤੇ, ਔਰ ਰਾਜ ਜੀ ਨਾਲ ਕਰੋ ਗੱਲ। ਹਾਲੇਲੂਇਆ ਹਾਲੇਲੂਇਆ ਜੈ ਮਸੀਹ ਦੀ। ਅੱਜ ਇੱਕ ਖੁਦਾ ਦੀ ਬਹੁਤ ਵੱਡੀ ਜਿੱਤ ਹੋਈ ਆ ਕਿ ਪ੍ਰਭੂ ਨੇ ਸਾਨੂੰ ਇੱਕ ਬਹੁਤ ਵੱਡੀ ਜਿੱਤ ਦਿੱਤੀ ਆ। ਅਸੀਂ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਜੋ ਸਾਡੇ ਪ੍ਰਧਾਨ ਜਤਿੰਦਰ ਸਿੰਘ ਗੌਰਵ ਜੀ ਦੀ ਜੋ ਗਲਤ ਫੇਕ ਆਈ ਡੀ ਬਣਾ ਕੇ ਜੋ ਟਿੱਪਣੀਆਂ ਕਰਦੇ ਸੀ, ਅਤੇ ਉਹ ਅੱਜ ਆਪਣੀ ਆਈ ਡੀ ਵੀ ਡਿਲੀਟ ਮਾਰ ਚੁੱਕੇ ਆ। ਔਰ
ਮਿਲ ਕੇ ਵੀ ਆਏ ਤਾਂ ਕੱਲ੍ਹ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਡੀ ਜਿੱਤ ਹੋਈ ਆ ਔਰ ਪ੍ਰਭੂ ਦਾ ਧੰਨਵਾਦ ਸਭ ਨੂੰ ਜੈਮਸੀ ਦੀ ਅੱਗੇ ਬੰਟੀ ਪ੍ਰਧਾਨ ਇਹ ਸਾਡੇ ਪ੍ਰਧਾਨ ਸਾਹਿਬ ਸੀਗੇ। ਵੇਖੋ ਮੈਂ ਇੱਕ ਤੁਹਾਨੂੰ ਗੱਲ ਸ਼ੇਅਰ ਕਰਨੀ ਚਾਹੁੰਦਾ ਵਾਂ ਕਿ ਜਿਹੜਾ ਬੰਦਾ ਝੂਠਾ ਫੇਕ ਆਈਡੀ ਬਣਾ ਕੇ ਸਾਡੇ ਪ੍ਰਧਾਨ ਦੇ ਖਿਲਾਫ਼ ਗੱਲਾਂ ਕਰ ਰਿਹਾ ਸੀਗਾ ਔਰ ਭੱਜ ਗਿਆ ਵਾ ਮੈਦਾਨ ਦੇ ਵਿੱਚੋਂ। ਔਰ ਪਹਿਲੀ ਗੱਲ ਤਾਂ ਇਹ ਕਿ ਅਗਰ ਇਹ ਸੱਚਾ ਸੀ ਤਾਂ ਇਹਨੂੰ ਫੇਕ ਆਈਡੀ ਨਹੀਂ ਬਣਾਉਣੀ ਚਾਹੀਦੀ। ਔਰ ਚਲੋ ਮੰਨ ਕੇ ਚੱਲੋ ਕਿ ਫੇਕ ਆਈਡੀ ਬਣਾ ਵੀ ਲਈ ਤਾਂ ਫਿਰ ਖਲੋਂਦਾ ਜਰਾ ਮੈਦਾਨ ਦੇ ਵਿੱਚ ਤਾਂ ਸਾਡੇ ਪ੍ਰਧਾਨ ਦੇ ਖਿਲਾਫ਼ ਹੋਰ ਟਿੱਪਣੀਆਂ ਕਰਦਾ, ਇਹਨੂੰ ਦੱਸਦੇ ਅਸੀਂ ਚਾਹੁੰਦੇ ਸੀਗੇ ਕਿ ਇਹ ਆਪਣਾ ਜਿਹੜਾ ਅਕਾਊਂਟ ਹੈ ਬਰਕਰਾਰ ਰੱਖਦਾ, ਪਰ ਇਹਨੂੰ ਕਿਸੇ ਨੇ ਸਲਾਹ ਦੇ ਦਿੱਤੀ ਬਈ ਤੂੰ ਆਪਣਾ ਅਕਾਊਂਟ ਜਿਹੜਾ ਉਹ ਛੱਡ ਕੇ ਭੱਜ ਜਾ, ਔਰ ਉਹ ਅਕਾਊਂਟ ਛੱਡ ਕੇ ਭੱਜ ਗਿਆ ਵਾ। ਸੋ ਮੈਂ ਜਿਹੜੇ ਬਾਕੀ ਵੀ ਕੋਈ ਸਾਡੇ ਇਹੋ ਜਿਹੇ ਜਿਹੜੇ ਸਾਡੇ ਵਿਹਲੜ ਯਾਰ ਨੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਲੱਤਾਂ ਖਿੱਚਣ ਤੋਂ ਸਿਵਾ ਕੋਈ ਕੰਮ ਨਹੀਂ, ਕਈ ਕੱਲ੍ਹ ਦੀਆਂ ਕਈ ਵੱਖ ਵੱਖ ਤਰ੍ਹਾਂ ਨਾਲ ਟਿੱਪਣੀਆਂ ਕਰ ਰਹੇ ਆ ਔਰ ਅਸੀਂ ਜਿਹੜਾ ਉਹ ਫੇਸਬੁੱਕ 'ਤੇ ਉਹਨਾਂ ਦੀਆਂ ਟਿੱਪਣੀਆਂ ਵੇਖ ਰਹੇ ਹਾਂ, ਵਾਚਦੇ ਹਾਂ। ਕਈ ਸਾਡੇ ਆਪਣੇ ਸੱਜਣ ਬੜੇ ਰਹੇ ਨੇ ਪੁਰਾਣੇ ਸਮਿਆਂ ਦੇ ਵਿੱਚ, ਉਹਨਾਂ ਦੀ ਬੜੀ ਸਪੋਰਟ ਵੀ ਕਰਦੇ ਰਹੇ ਹਾਂ ਅਸੀਂ, ਔਰ ਉਹ ਲੋਕ ਜਿਹੜੇ ਨੇ ਆਪਣੀਆਂ ਟਿੱਪਣੀਆਂ ਤੋਂ ਬਾਜ਼ ਆ ਜਾਣ ਔਰ ਸਾਡੇ ਨਾਲ ਜਿਹੜਾ ਇਹੋ ਜਿਹੇ ਉਹਨਾਂ ਦੇ ਵਰਤਾਰੇ ਉਹ ਠੀਕ ਨਹੀਂ, ਕਿਉਂਕਿ ਅਸੀਂ ਆਪਣੀ ਕੌਮ ਦੇ ਲਈ ਕੰਮ ਕਰ ਰਹੇ ਹਾਂ। ਔਰ ਅੱਜ ਵੀ ਵੇਖੋ ਅਸੀਂ ਕਿਸ ਢੰਗ ਦੇ ਨਾਲ ਸਵੇਰ ਦੇ ਆਪਾਂ ਘਰੋਂ ਨਿਕਲੇ ਹਾਂ ਔਰ ਆਪਣੇ ਧਰਮ ਦੇ ਲਈ, ਆਪਣੀ ਬਰਾਦਰੀ ਦੇ ਲਈ ਅਸੀਂ ਕੰਮਾਂ ਨੂੰ ਕੰਮ ਅੱਗੇ ਲੈ ਕੇ ਜਾ ਰਹੇ ਹਾਂ। ਔਰ ਕਈ ਚੀਜ਼ਾਂ ਜਿਹੜੀਆਂ ਨੇ ਪ੍ਰਸ਼ਾਸਨ ਦੇ ਹੱਥ ਵਿੱਚ ਹੁੰਦੀਆਂ ਨੇ ਔਰ ਪ੍ਰਸ਼ਾਸਨ ਜਿਹੜਾ ਉਹ ਕਈ ਆਪਣੇ ਢੰਗ ਨਾਲ ਕੰਮ ਕਰਦਾ, ਸਾਡੀਆਂ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਕੋਈ ਕਮੀ ਨਹੀਂ ਆ, ਅਸੀਂ ਆਪਣੀਆਂ ਕੋਸ਼ਿਸ਼ਾਂ ਬੜੀ ਮਜ਼ਬੂਤ ਤਰੀਕੇ ਦੇ ਨਾਲ ਅੱਗੇ ਲੈ ਕੇ ਜਾ ਰਹੇ ਹਾਂ। ਸਾਡੇ ਕੋਲ ਜਿੰਨਾ ਵੀ ਸਾਡੇ ਸੋਰਸ ਨੇ ਅਸੀਂ ਉਹ ਯੂਜ਼ ਕਰਦੇ ਹਾਂ। ਸੋ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦੀ ਹਾਂ ਆਪਣੇ ਭਰਾਵਾਂ ਦਾ, ਔਰ ਮੈਂ ਬੇਨਤੀ ਕਰਾਂਗਾ ਇੱਕ ਵਾਰੀ ਜਤਿੰਦਰ ਗੌਰਵ ਜੀ ਨੂੰ ਫਿਰ ਉਹ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਨਗੇ, ਕਿਉਂਕਿ ਅੱਗੇ ਬੰਦੇ ਥੋੜ੍ਹੇ ਸੀਗੇ ਹੁਣ ਜ਼ਿਆਦਾ ਹੋ ਗਿਆ ਲਾਈਵ 'ਤੇ ਸਾਡੇ ਨਾਲ। ਸੋ ਜੈਮਸੀ ਸਾਰਿਆਂ ਨੂੰ ਫਿਰ ਇੱਕ ਵਾਰ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਫਿਰ ਦਿਲ ਤੋਂ। ਵਿਸ਼ਾਰਮ ਦਾਸੀਆ ਦੇਖ ਰਹੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਜ਼ਿਆਦਾ ਸ਼ੁਭਕਾਮਨਾ ਹੈ, ਜੋ ਕਿ ਤੁਸੀਂ ਦੇਖਦੇ ਹੋ ਕਿ ਪਰਮੇਸ਼ਰ ਇੱਕ ਵਾਰ ਫਿਰ ਤੋਂ ਮਸੀਹ ਲੋਕਾਂ ਦੀ ਵੱਡੀ ਜਿੱਤ ਕਰਾਈ ਹੈ। ਵੀਡੀਓ ਨੂੰ ਸ਼ੇਅਰ ਕਰੋ ਔਰ ਵਿਸ਼ਾਰਮ ਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲੇ। ਆਮੀਨ।